ਇਹ ਜਿੱਦਾਂ ਨਾ ਕਨਵਰਸੇਸ਼ਨ ਵਾਲੇ ਸੀਨ ਆਉਂਦੇ ਆ ਉਹ ਇਦਾਂ ਲੱਗਦਾ ਹੁੰਦਾ ਵੀ ਇਹ ਚੀਜ਼ਾਂ ਸਕ੍ਰਿਪਟ ਨਹੀਂ ਕੀਤੀਆਂ ਜਾਂਦੀਆਂ ਜਦੋਂ 5-6 ਬੈਠੇ ਯਾਰ ਦੋਸਤ ਕੰਟੀਨ 'ਚ ਬੈਠੇ ਗੱਲਾਂ ਕਰਦੇ ਆ ਨਾ ਕਦੋਂ ਯਾਰ ਮੈਨੂੰ ਤਾਂ ਆਪ ਇਹ ਸਮਾਨ ਸਮਾਨ ਕਹਿੰਦੇ ਰਹਿੰਦੇ ਤੈਨੂੰ ਕੀ ਕਹਿ ਦਈਏ ਜਾਂ ਮੈਨੂੰ ਲੱਗਾ ਮੂਕ ਦੀ ਤਾਂ ਬੇਇੱਜ਼ਤੀ ਹੁੰਦੀ ਹੈ ਨਾ ਆਹੀ ਵਰਡ ਜਿਹੇ ਹੁੰਦੇ ਆ ਇਹ ਮੈਨੂੰ ਚੀਜ਼ਾਂ ਲੱਗਦੀਆਂ ਵੀ ਇਹ ਆਰਟਿਸਟ ਆਪਣੇ ਹਿਸਾਬ ਦੇ ਨਾਲ ਇਹਨਾਂ ਨੂੰ ਇੰਪਰੋਵਾਈਜ਼ ਕਰਦੇ ਨੇ ਹਾਂਜੀ 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 ਬਾਕੀ ਜਿਹੜਾ ਮਤਲਬ ਉਹ ਸੀਗਾ ਮਤਲਬ ਰੋਲ ਕੈਮਰਾ ਧੂਆਂ ਫੁਕਰੀ ਉੱਥੇ ਬਸ ਕੁਛ ਨਹੀਂ ਸੀਗਾ ਐਕਸ਼ਨ ਤੇ ਲੱਗਿਆ ਕਿ ਜਦੋਂ ਬਾਈ ਹੁਣੀ ਬੋਲਦੇ ਹੁੰਦੇ ਸੀਗੇ ਨਾ ਵੀ ਰੋਲਿੰਗ ਲਾਈਟਿੰਗ ਸਾਰਾ ਕੁਝ ਬੋਲਦੇ ਸੀ ਮੈਂ ਕਿਹਾ ਯਾਰ ਇੱਥੇ ਵੀ ਕਰੀ ਦਿੰਦੇ ਆਪਾਂ ਇੱਕ ਧੂਆਂ ਚੱਲਣ ਲੱਗ ਗਿਆ ਉਹ ਕਹਿੰਦਾ ਧੂਆਂ ਹਾਂ ਇੱਕ ਫੁਕਰੀ ਮਾਰਨ ਲੱਗ ਰਿਹਾ ਬਿਲਕੁਲ ਮੈਂ ਕਿਹਾ ਰੋਲ ਕੈਮਰਾ ਧੂਆਂ ਐਕਸ਼ਨ ਫੁਕਰੀ ਤੇ ਉਹੀ ਸੋਹਣੀ ਲਿਕੜੀ ਮਤਲਬ ਚੀਜ਼ ਹਾਂ ਆਪਾਂ ਆਪਣੇ ਵੱਲੋਂ ਆਪਾਂ ਜੇ ਸੋਚ ਸਕਦੇ ਕਿ ਹਾਂ ਯਾਰ ਆਪਾਂ ਇੰਪਰੋਵਾਈਜ਼ ਕਰੀਏ ਤਾਂ ਉਹ ਸੋਹਣੀ ਚੀਜ਼ ਨਿਕਲ ਕੇ ਆ ਸਕਦੀ ਜੀ ਤੇ ਹੈਰੀ ਵਰਗਾ ਮੁੱਛਾਂ ਵਾਲਾ ਮੁੰਡਾ ਤੁਸੀਂ ਧੂਏ ਤੇ ਬਿਠਾਇਆ ਹੋਇਆ ਉਹ ਚੀਜ਼ਾਂ ਹੁੰਦੀਆਂ ਨਾ ਇਹ ਪਰ ਰੀਅਲ ਲਾਈਫ 'ਚ ਵੀ ਕਰਦੇ ਆ ਕਿ ਮੈਨੂੰ ਲੱਗਦਾ ਲੋਕ ਸਾਰਾ ਕੁਝ ਇਹ ਰੀਲ ਵਾਲੇ ਬਹੁਤ ਮਿਹਨਤ ਲੋਕੀ ਬੇਸ਼ੱਕ ਕਹਿਣ ਵੀ ਰੀਲਸ ਆ ਨੱਚੀ ਜਾਂਦੇ ਆ ਕਰਦੇ ਬਟ ਰੀਲ ਵਾਲੇ ਮਿਹਨਤ ਬਹੁਤ ਕਰਦੇ ਮੈਂ ਦੇਖਿਆ ਸਹੀ ਗੱਲ ਹੈ ਜੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਹਾਂ ਫਾਲੋਅਰ ਵੱਧ ਰਹੇ ਨੇ ਸਹੀ ਗੱਲ ਆ ਲੋਕ ਫਾਲੋਅਰਾਂ ਵਾਲੀ ਜਿਵੇਂ ਪਹਿਲਾਂ ਟਿਕਟੌਕ ਦੇ ਫਾਲੋਅਰਾਂ ਲਈ ਬਹੁਤ ਕੁਝ ਕਰਦੇ ਸੀਗੇ ਬਹੁਤ ਕੰਟੈਂਟ ਕਿ ਨਵਾਂ ਆਪਾਂ ਕੱਢ ਕੇ ਲੈ ਕੇ ਆਈਏ ਕੁੜੀਆਂ ਮੁੰਡੇ ਬਣੀ ਜਾਂਦੇ ਸੀ ਹਾਂ ਬਿਲਕੁਲ ਐਵੇਂ ਹੱਥ ਰੱਖ ਕੇ ਉਹਨੇ ਦੇਖੀਆਂ ਹੋਣੀਆਂ ਦੇਖੀਆਂ ਬਿਲਕੁਲ ਹਾਂਜੀ ਹਾਂਜੀ ਤੁਸੀਂ ਵੀ ਟਿਕਟੌਕ ਕਰਦੇ ਰਹੇ ਯੂਜ਼ ਉਹਨਾਂ ਦਾ ਟਿਕਟੌਕ ਚਲਾਉਂਦੇ ਸੀ ਜੀ ਟਿਕਟੌਕ ਸਿਗੇ ਫਾਲੋਅਰ ਤੁਸੀਂ ਉੱਤੇ ਫਾਲੋਅਰ ਉਦੋਂ ਤੱਕ ਕਿਹੜੇ ਦੀ ਮਤਲਬ ਘੱਟ ਵਧੀ ਸੀਗੇ ਜੀ ਫਾਲੋਅਰ ਹਾਂਜੀ ਹਾਂਜੀ ਪਰ ਹੁਣ ਜੇ ਮਤਲਬ ਜਦੋਂ ਚੱਲਣ ਲੱਗੇ ਫਾਲੋਅਰ ਉਹ ਫਿਰ ਬੰਦ ਕਰਤੀ ਉਹਦੋਂ ਬੰਦ ਕਰ ਦਿੱਤੀ ਹੋਰ ਜੀ ਤੇ ਫਿਰ ਜਦੋਂ ਇਸ ਲਾਈਨ 'ਚ ਆਪਾਂ ਨੂੰ ਪਤਾ ਲੱਗਾ ਹਜੇ ਮੈਨੂੰ ਲੱਗਦਾ ਇਹ ਤਾਂ ਪਹਿਲਾ ਸਟੈਪ ਹੀ ਹੁੰਦਾ ਹੈ ਤੇ ਬਹੁਤ ਸਾਰੀਆਂ ਔਕੜਾਂ ਹੁੰਦੀਆਂ ਕਰਦਿਆਂ ਨੂੰ ਸਮਝਾਉਣਾ ਹੈ ਨਾ ਵੀ ਅਸੀਂ ਆਹ ਚੀਜ਼ ਕਰਨੀ ਆ ਨਹੀਂ ਕਰਨੀ ਫਿਰ ਯਾਰ ਕਿਹਨੂੰ ਮਿਲਣਾ ਕਿਹਦੇ ਕੋਲ ਜਾਣਾ ਉਹ ਦੌਰ ਕਿਹੋ ਜਿਹਾ ਸੀਗਾ ਉਹ ਦੌਰ ਤਾਂ ਐਵੇਂ ਸੀਗਾ ਜੀ ਕਿ ਤੁਹਾਨੂੰ ਪਤਾ ਹੀ ਆ ਯੂਟਿਊਬ ਦਾ ਅੱਜ ਕੱਲ੍ਹ ਯੁੱਗ ਬਿਲਕੁਲ ਤੇ ਜਦੋਂ ਸਾਨੂੰ ਮਤਲਬ ਉੱਥੇ ਤਿਆਰੀ ਕਰਾਉਂਦੇ ਹੁੰਦੇ ਸੀ ਸਾਡੇ ਹੈ ਨਾ ਮਤਲਬ ਉਹਨਾਂ ਨੇ ਨਾ ਯੂਟਿਊਬ ਚੈਨਲ ਬਣਾਇਆ ਹੋਇਆ ਸੀ ਇੱਕ ਓਕੇ ਤੇ ਮੈਨੂੰ ਬੜਾ ਵਧੀਆ ਲੱਗਿਆ ਹੋਇਆ ਯੂਟਿਊਬ ਚੈਨਲ ਠੀਕ ਹੈ ਜੀ ਤੇ ਮਤਲਬ ਉੱਥੇ ਆਪਾਂ ਨਾ ਇੱਥੇ ਜਿਵੇਂ ਥੀਏਟਰ 'ਚ ਤਾਂ ਆਪਾਂ ਆਪਣੇ ਉਸਤਾਦ ਦੇ ਅੰਡਰ ਰਹਿ ਕੇ ਐਕਟਿੰਗ ਕਰਦੇ ਹਾਂ ਪਰ ਆਪਾਂ ਜਦੋਂ ਕਿ ਅੰਦਰ ਕੀੜਾ ਹੁੰਦਾ ਆਪਾਂ ਖੁੱਲ੍ਹ ਕੇ ਇੰਜੋਏ ਕਰਦੇ ਹਾਂ ਉਹ ਆਪਾਂ ਸਿਰਫ ਕੈਮਰੇ ਅੱਗੇ ਕਰ ਸਕਦੇ ਹਾਂ ਕਿ ਜਿਹੜਾ ਕੁਛ ਹੈਗਾ ਜਾਂ ਕਰ ਦਿਓ ਬਸ ਤੇ ਉਹ ਉਵੇਂ ਕਰਦੇ ਸੀ ਯੂਟਿਊਬ ਚੈਨਲ ਤੇ ਇਹ ਕਿੰਨੇ ਕੁ ਸਾਲ ਦੀਆਂ ਗੱਲਾਂ 18 19 ਇਹ ਮੈਨੂੰ ਲੱਗਦਾ ਜਦੋਂ ਮੈਂ ਬੀਏ ਕਰਦਾ ਸੀ ਫਸਟ ਇਅਰ ਦੀ ਗੱਲ ਹੈ ਜੀ ਇਹ 2016 17 ਕਿਹਦੀ ਗੱਲ ਹੈ 16 17 ਦੀ ਗੱਲ ਹਾਂਜੀ ਹਾਂਜੀ ਮਤਲਬ ਜਦੋਂ ਜੀਓ ਕੋ ਇੰਟਰੋਡਿਊਸ ਹੋਈ ਹੈ ਕਿ ਨਹੀਂ ਹਜੇ ਹੋਈ ਨਹੀਂ ਸੀ ਹੋਈ ਨਹੀਂ ਸੀ ਹਜੇ ਹੋਈ ਨਹੀਂ ਸੀ ਹਜੇ ਨਹੀਂ ਹੋਈ ਸੀ ਇਸ ਤੋਂ ਬਾਅਦ ਮੈਂ ਯੂਟਿਊਬ ਚੈਨਲ ਬਣਾਈ ਰਟੋਲੀਆ ਪ੍ਰੈਜੈਂਟਸ ਪਿੰਡ ਦੇ ਨਾਮ ਤੇ ਓਕੇ ਤੇ ਉਸ ਤੇ ਅਸੀਂ ਸਾਲ ਕੰਮ ਕਰਿਆ ਸਾਨੂੰ ਪਤਾ ਨਹੀਂ ਸੀ ਕਾਪੀਰਾਈਟ ਕੀ ਹੁੰਦਾ ਤੇ ਮੇਰੇ ਨਾਲ ਦੇ ਚਾਰ ਮੁੰਡੇ ਉਹਨਾਂ ਨੂੰ ਹੋਰ ਜੋੜਿਆ ਮੈਂ ਅਸੀਂ ਕੰਮ ਕਰਿਆ ਕਾਪੀਰਾਈਟ ਲੱਗੇ ਹੋਈ ਸੀ ਸਾਨੂੰ ਨਹੀਂ ਪਤਾ ਅਸੀਂ ਕੰਮ ਕਰੀਏ ਫਿਰ ਤਾਂ ਚੱਲਣਾ ਕਿੱਥੋਂ ਸੀਗਾ ਤੁਹਾਨੂੰ ਪਤਾ ਯੂਟਿਊਬ ਕਿੱਥੇ ਚਲਾਉਂਦੀਆਂ ਪਰ ਹੌਲੀ 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 ਫਿਰ ਅਸੀਂ ਉਹ ਚੈਨਲ ਕਰਤਾ ਡਿਲੀਟ ਤੇ ਹਾਂਜੀ ਫਿਰ ਅਸੀਂ ਬਣਾਇਆ ਥੀਏਟਰ ਜੰਕਸ਼ਨ ਚੈਨਲ ਜਿਹੜਾ ਹੁਣ ਤੱਕ ਵੀ ਚੱਲਦਾ ਜੀ ਫਿਰ ਥੀਏਟਰ ਜੰਕਸ਼ਨ ਤੇ ਅਸੀਂ ਹੌਲੀ ਹੌਲੀ ਵੀਡੀਓ ਕਰੀਆਂ ਜੀ ਤੇ ਮਿਹਨਤ ਕਰੀਏ ਫਿਰ ਅੱਜ ਸਟੇਬਲ ਆ ਸਾਡਾ ਇਹ ਚੈਨਲ ਤੇ ਉਸ ਤੋਂ ਹੀ ਨਾਲ ਨਾਲ ਮੈਂ ਕਹਿ ਸਕਦਾ ਕਿ ਹਾਂ ਜਿਹੜੀ ਐਕਟਿੰਗ ਤੇ ਪੋਲਿਸ਼ ਬੱਜੀ ਹੈ ਤਾਂ ਥੀਏਟਰ ਜੰਕਸ਼ਨ ਕਰਕੇ ਹੀ ਬੱਜੀ ਹੈ।